देखो जेड़ी तो मीटिंग करने की गल है, अज मैं कांग्रेसियों नाल जेड़े कांग्रेस नू प्यार करते हैं, कांग्रेस के तिरंगे नू प्यार करते हैं, कांग्रेस की विचारधारा नू प्यार करते हैं, अज उन्हां दे नाल साथियों के नाल एम सी साहबाना दे नाल पुराने कांग्रेसियों नाल मुलाकात की है। उन्होंने कुछ गिले शिकवे सन, उन्होंने सुनिया गया, उन्होंने कुछ गल्लां दसनियां कि इस तरह गाह तो ना होवे, ਉਹ ਸੁਣਨ ਵਾਸਤੇ ਆਇਆ ਸੀਗਾ। ਜਿੱਥੋਂ ਤੱਕ ਕਾਰਪੋਰੇਸ਼ਨ ਨੂੰ ਭੰਗ ਕਰਨਾ ਜਾਂ ਨਹੀਂ ਕਰਨਾ, ਇਹ ਇੱਥੋਂ ਦੇ ਐਮ ਸੀ ਸਾਹਿਬਾਨ ਜਿਹੜੇ ਚੁਣੇ ਹੋਏ ਆ ਉਹਨਾਂ ਦਾ ਨੈਤਿਕ ਅਧਿਕਾਰ ਹੈ। ਉਹਨਾਂ ਨੇ ਇਸ ਗੱਲ ਨੂੰ ਚੈੱਕ ਕਰਨਾ ਕਿ ਕੀ ਕੋਈ ਜਿਹੜਾ ਵਿਅਕਤੀ, ਕਿਹੜਾ ਵਿਅਕਤੀ ਸਾਡੇ ਵਾਸਤੇ ਸੂਟੇਬਲ ਹੈ, ਕਿਹੜਾ ਵਿਅਕਤੀ ਕੋਈ ਕੰਮ ਸਾਡੇ ਵਾਸਤੇ ਕਰ ਰਿਹਾ ਜਾਂ ਸ਼ਹਿਰ ਵਾਸਤੇ ਕਰ ਰਿਹਾ ਜਾਂ ਲੋਕਾਂ ਵਾਸਤੇ ਕੀ ਹੋਣਾ ਚਾਹੀਦਾ ਹੈ, ਕਰਨਾ ਜਾਂ ਨਾ ਕਰਨਾ। ਜੋ ਐਮ ਸੀ ਸਾਹਿਬਾਨ ਇੱਥੋਂ ਦੇ ਲੋਕਲ ਚਾਹੁਣਗੇ ਉੱਦਾਂ ਹੋਏਗਾ। ਰਾਜਾ ਵੜਿੰਗ ਕੋਈ ਵੀ ਆਪਣਾ ਫੈਸਲਾ ਬਠਿੰਡੇ ਦੇ ਲੋਕਾਂ ਦੇ ਉੱਤੇ ਜਾਂ ਕਾਰਪੋਰੇਸ਼ਨ ਦੇ ਉੱਪਰ ਥੋਪਣ ਨਾ ਆਇਆ, ਨਾ ਇਹ ਕਰੇਗਾ। ਪਰ ਮਨਪ੍ਰੀਤ ਬਾਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ, ਐਮ ਸੀਆਂ ਨੂੰ ਸੱਦਿਆ ਗਿਆ, ਘਰ ਵੀ ਬੁਲਾ ਕੇ ਉਹਨਾਂ ਨੂੰ ਜਿਹੜਾ ਇਹ ਕਿਹਾ ਗਿਆ ਕਿ ਵੀ ਅਸੀਂ ਜਲਦ ਹੀ ਜਿਹੜਾ ਚਲੋ ਚੰਗੀ ਗੱਲ ਹੈ ਕਿਸੇ ਨੇ ਸੱਦਿਆ, ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਔਰ ਖਾਸ ਕਰਕੇ ਬਠਿੰਡੇ ਦੇ ਲੋਕ ਹੈ ਬੜੇ ਅਣਖ ਔਰ ਗੈਰਤਮੰਦ ਲੋਕ ਨੇ। ਇਹ ਕਿਸੇ ਵਿਅਕਤੀ ਦੇ ਮੁਹਤਾਜ ਨਹੀਂ ਹੈ, ਰਾਜੇ ਵੜਿੰਗ ਦੇ ਮੁਹਤਾਜ ਨਹੀਂ ਹੈ, ਇਹ ਆਪਦੀ ਵਿਚਾਰਧਾਰਾ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹਰ ਵਿਅਕਤੀ। ਸੋ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਦੇ ਝੰਡੇ ਅਤੇ ਤਿਰੰਗੇ ਥੱਲੇ ਸਾਰੀ ਕਾਰਪੋਰੇਸ਼ਨ ਦੇ ਸਾਥੀ ਜਿੱਤੇ ਸਨ। ਮੈਨੂੰ ਪੂਰਨ ਉਮੀਦ ਹੈ ਕੋਈ ਵੀ ਵਿਅਕਤੀ ਪਾਸੇ ਨਹੀਂ ਹੋਏਗਾ। ਕੀ ਆਖਣਾ ਕੋਈ ਇੱਕ ਅੱਧਾ, ਹਾਂ ਕਿਸੇ ਨੂੰ ਸੱਦ ਲਿਆ ਗਿਆ ਹੋਵੇ, ਕਿਸੇ ਨੂੰ ਚਾਹ ਦੇ ਬਹਾਨੇ ਸੱਦ ਲਿਆ ਗਿਆ ਹੋਵੇ, ਕਿਸੇ ਨੂੰ ਹੋਰ ਗੱਲ ਕਰਨ ਦੇ ਬਹਾਨੇ ਸੱਦ ਲਿਆ ਹੋਵੇ, ਪਰ ਮੈਨੂੰ ਪੂਰਨ ਉਮੀਦ ਹੈ ਜਿਹੜੇ ਸਾਥੀ ਗਏ ਵੀ ਹਨ ਉਹਨਾਂ ਵਿੱਚੋਂ ਵੀ ਜ਼ਿਆਦਾਤਰ ਸਾਥੀ ਤਿਰੰਗੇ ਝੰਡੇ ਦੇ ਨਾਲ ਖੜ੍ਹੇ ਰਹਿਣਗੇ, ਤਿਰੰਗੇ ਝੰਡੇ ਦੀ ਸੋਚ ਦੇ ਨਾਲ ਖੜ੍ਹੇ ਰਹਿਣਗੇ, ਅਤੇ ਜੋ ਫੈਸਲਾ ਹੋਏਗਾ ਉਹ ਇਕੱਠੇ ਹੋ ਕੇ ਲੈਣਗੇ, ਨਾ ਕਿ ਕਿਸੇ ਦੇ ਘਰੇ ਸੱਦਣ ਨਾਲ ਜਾਂ ਕਿਸੇ ਵਿਅਕਤੀ ਵਿਸ਼ੇਸ਼ 'ਤੇ ਪਾਰਟੀ ਛੱਡਣ ਦੇ ਨਾਲ ਉਹ ਆਪਦੇ ਵਿਚਾਰ ਬਦਲ ਲੈਣ। ਤੁਹਾਡੇ 'ਤੇ ਕਾਫੀ ਟਿੱਪਣੀਆਂ ਕੀਤੀਆਂ ਜਾ ਰਹੀਆਂ, ਮਨਪ੍ਰੀਤ ਬਾਦਲ ਵੱਲੋਂ ਵੀ ਕੀਤੀਆਂ, ਉਹਨਾਂ ਦੇ ਰਿਸ਼ਤੇਦਾਰ ਵੱਲੋਂ ਵੀ ਜਿਹੜੀਆਂ ਕੀਤੀਆਂ ਜਾ ਰਹੀਆਂ, ਸਾਨੂੰ ਮਜਬੂਰ ਕਰ ਦਿੱਤਾ ਪਾਰਟੀ ਛੱਡਣ ਲਈ। ਉਹ ਯਾਰ ਇੱਦਾਂ ਹੀ ਟਿੱਪਣੀਆਂ, ਜਦੋਂ ਕਿਸੇ ਨੇ ਕੋਈ ਚੀਜ਼ ਛੱਡਣੀ ਹੋਵੇ, ਪਹਿਲਾਂ ਤਾਏ ਦੇ ਖਿਲਾਫ਼ ਟਿੱਪਣੀਆਂ, ਪਹਿਲਾਂ ਤਾਏ ਦੇ ਮੁੰਡੇ ਦੇ ਖਿਲਾਫ਼ ਟਿੱਪਣੀਆਂ, ਫਿਰ ਆਪਦੀ ਪਾਰਟੀ ਦੇ, ਫਿਰ ਉਹਨਾਂ ਸਾਥੀਆਂ ਦੇ। ਤੁਸੀਂ ਅੱਜ ਦੇਖੋ ਕੋਈ ਵਿਅਕਤੀ ਪੁਰਾਣਾ, ਇੱਕ ਸਾਥੀ, ਇੱਕ ਲੀਡਰ, ਨਾ ਤਾਂ ਅਕਾਲੀ ਦਲ 'ਚ ਜਦੋਂ ਸੀ ਉਦੋਂ ਕੋਈ ਆਇਆ, ਪੀ ਪੀ 'ਚ ਹਜ਼ਾਰਾਂ ਲੋਕ ਆਏ ਜੁੜੇ, ਇੱਕ ਸਾਥੀ ਉਦੋਂ ਨਹੀਂ ਗਿਆ, ਅੱਜ ਫਿਰ ਕਾਂਗਰਸ 'ਚ ਰਹਿ ਗਏ, ਫਿਰ ਇੱਕ ਸਾਥੀ ਨਹੀਂ ਗਿਆ। ਸੋ ਮੇਰੇ ਕਹਿਣ ਦਾ ਮਤਲਬ, ਮੈਂ ਕੋਈ ਕਿਸੇ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਨਾ ਮੇਰੀ, ਮੈਂ ਸਮਝਦਾ ਕਿ ਜੋ ਬੀਤਿਆ ਗੱਲ ਹੈ, ਜਿਸ ਬੰਦੇ ਦੀ ਕੋਈ ਗੱਲ ਹੀ ਨਾ ਰਹੀ ਹੋਵੇ ਉਹਦੇ ਬਾਰੇ ਟਿੱਪਣੀ ਕਰਨੀ ਕੋਈ ਵਾਜਬ ਨਹੀਂ ਹੈ। ਸੋ ਮੈਂ ਬਤੌਰ ਕਾਂਗਰਸ ਪ੍ਰਧਾਨ ਜੋ ਮੇਰਾ ਕੰਮ ਹੈ ਮੈਂ ਉਹ ਨਿਭਾ ਰਿਹਾ। ਮੈਨੂੰ ਪਤਾ ਹੈ ਕਿ ਕਾਂਗਰਸ ਕਿਵੇਂ ਮਜ਼ਬੂਤ ਕਰਨੀ ਹੈ, ਮੈਨੂੰ ਪਤਾ ਹੈ ਕਿ ਵਰਕਰ ਦੀ ਕੀ ਕੀਮਤ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਜੋੜੇ ਝਾੜ ਚੜ ਕੇ ਦਰੀਆਂ ਵਿਛਾ ਕੇ ਇੱਥੇ ਆਏ ਹਾਂ ਔਰ ਸਾਨੂੰ ਦਰੀਆਂ ਝਾੜਨ ਵਾਲਿਆਂ ਦਾ ਮੁੱਲ ਪਤਾ ਹੈ। ਇਸ ਕਰਕੇ ਰਾਜਾ ਵੜਿੰਗ ਕੋਈ ਡਰ ਭੈ ਨਹੀਂ ਪਾਉਣਾ ਚਾਹੁੰਦਾ, ਰਾਜਾ ਵੜਿੰਗ ਕੋਈ ਆਪਦਾ ਇੱਥੇ ਰਿਸ਼ਤੇਦਾਰ ਬਣਾ ਕੇ ਬਾ ਕੇ ਡੰਡਾ ਲੈ ਕੇ ਨਹੀਂ ਪਾਉਣਾ ਚਾਹੁੰਦਾ। ਰਾਜਾ ਵੜਿੰਗ ਇਹ ਚਾਹੁੰਦਾ ਹੈ ਕਿ ਹਰ MC, ਹਰ ਕਾਂਗਰਸ ਦੇ ਵਰਕਰ ਨੂੰ ਅਧਿਕਾਰ ਹੈ ਉੱਚੀ ਆਵਾਜ਼ 'ਚ ਗੱਲ ਕਰਨ ਦਾ। ਉਹਨੂੰ ਇਹ ਅਧਿਕਾਰ ਹੈ ਕਿ ਅਗਰ ਰਾਜਾ ਵੜਿੰਗ ਕੋਈ ਗਲਤ ਕੰਮ ਕਰ ਰਿਹਾ ਉਹਦੇ ਬਾਰੇ ਰਾਜੇ ਵੜਿੰਗ ਨੂੰ ਵੀ ਕਹਿਣ ਦਾ, ਨਾ ਕਿ ਚੁੱਪ ਚੁਪੀਤੇ ਮਗਰਲੀ ਗਲੀ 'ਚ ਬਿਨਾਂ ਕਿਸੇ ਨਾਲ ਸਲਾਹ ਕੀਤੇ ਰਾਜਾ ਵੜਿੰਗ ਕੋਈ ਫੈਸਲਾ ਲੈ ਲਏ ਅਤੇ ਰਾਜੇ ਵੜਿੰਗ ਦੇ ਮਗਰ ਜਨਤਾ ਆ ਜਾਵੇ, ਫਿਰ ਤਾਂ ਬੰਦੇ ਤਾਂ ਹੋਏ ਨਾ, ਫਿਰ ਤਾਂ ਜਾਨਵਰ ਹੋਏ। ਉਹ ਹਰ ਬੰਦੇ ਨੂੰ ਅਧਿਕਾਰ ਹੈ ਕਿ ਰਾਜਾ ਵੜਿੰਗ ਨਾਲ ਅਗਰ ਕੋਈ ਮੁੱਦੇ ਦੀ ਗੱਲ ਹੈ ਮੇਰਾ ਵਿਰੋਧ ਵੀ ਕਰ ਸਕਦਾ ਅਤੇ ਮੈਂ ਉੱਥੇ ਉਸ ਵਿਰੋਧ ਨੂੰ ਝੱਲਦਿਆਂ ਹੋਇਆਂ ਉਹਦੀ ਗੱਲ ਸੁਣ ਕੇ ਉਹਦੇ 'ਤੇ ਅਮਲ ਕਰਾਂ। ਲਗਾਤਾਰ ਜਿਹੜਾ ਭਾਜਪਾ ਵੱਲੋਂ ਪੰਜਾਬ ਦੇ ਜਿਹੜੇ ਲੀਡਰ ਆ ਉਹ ਤੋੜੇ ਜਾ ਰਹੇ ਨੇ, ਕੀ ਲੱਗਦਾ ਹੈ ਕਿਉਂ ਜਿਹੜਾ ਲੀਡਰ? ਮੈਂ ਤਾਂ ਕਹਿੰਦਾ ਹੇ ਸੱਚੇ ਪਾਤਸ਼ਾਹ ਪਰਮਾਤਮਾ ਭਾਜਪਾ ਨੂੰ ਜਿਉਂਦੀ ਇਸੇ ਤਰ੍ਹਾਂ ਰੱਖੇ। ਜਿਹੜੇ ਇਹੋ ਜਿਹੇ ਤੋਹਫੇ ਹੈ ਕੁਛ ਤਾਂ ਲੈ ਗਈ ਹੈ, ਜੇ ਲੱਗਦਾ ਕੋਈ ਹੋਰ ਐਸੀ ਗੱਲ ਹੈ ਤਾਂ ਛੇਤੀ ਬੜਾ ਕੰਮ ਚੰਗਾ ਕਰ ਰਹੀ ਹੈ। ਲੋਕ ਕਾਂਗਰਸ ਨਾਲ ਨਹੀਂ ਅੱਕੇ ਸੀ, ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਕਿਸੇ ਨੂੰ ਪੁੱਛ ਲਓ, ਨਾ ਤਿਰੰਗੇ ਨਾਲ ਕੋਈ ਅੱਕਿਆ, ਨਾ ਕੋਈ ਪੰਜੇ ਨਾਲ ਅੱਕਿਆ, ਨਾ ਕਾਂਗਰਸ ਸ਼ਬਦ ਨਾਲ ਅੱਕਿਆ। ਲੋਕ ਇਹੋ ਜਿਹੇ ਲੋਕਾਂ ਨਾਲ ਅੱਕੇ ਹੋਏ ਸੀ ਜਿਨ੍ਹਾਂ ਨੇ ਲੋਕਾਂ ਦਾ ਖੂਨ ਚੂਸ ਲਿਆ, ਇਸੇ ਕਰਕੇ ਐਡੇ ਵੱਡੇ ਵੱਡੇ ਮਾਰਜਨ 'ਤੇ ਹਰਾ ਕੇ ਲੋਕਾਂ ਨੇ ਇਹ ਸਬੂਤ ਦਿੱਤਾ ਕਿ ਅਸੀਂ ਵਿਅਕਤੀ ਵਿਸ਼ੇਸ਼ ਨਾਲ ਨਾਰਾਜ਼ ਹਾਂ, ਨਾ ਕਿ ਕਾਂਗਰਸ ਨਾਲ ਨਾਰਾਜ਼ ਹੈ। ਔਰ ਜਿੱਦੇ ਵਿਅਕਤੀ ਵਿਸ਼ੇਸ਼ ਜਿਨ੍ਹਾਂ ਨਾਲ ਜਨਤਾ ਨਾਰਾਜ਼ ਸੀ
ਉਹ ਚਲੇ ਜਾਣਗੇ ਤੁਸੀਂ ਵੇਖਿਓ ਕਾਂਗਰਸ ਆਪਦੀ ਆਪ ਹੀ ਉੱਠ ਖੜੇਗੀ ਆ ਪਤਾ ਲੱਗ ਜੂਗਾ 2024 ਚ 2024 ਦੀਆਂ ਤਿਆਰੀਆਂ ਨੂੰ ਲੈ ਕੇ ਤੁਹਾਡਾ ਕੀ ਜਿਹੜਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਤਿਆਰੀਆਂ ਤਿਉਰੀਆਂ ਤਾਂ ਲਗਾਤਾਰ ਤੁਸੀਂ ਦੇਖੋ ਹੁਣ ਭਾਰਤ ਜੋੜੋ ਯਾਤਰਾ ਵੀ ਜਿਹੜੀ ਹੈ ਕਰਕੇ ਹਟੇ ਹੋ ਤਾਂ ਉਹਦੇ 'ਚੋਂ ਕੀ ਲੱਗਦਾ ਸੁਣੋ ਜੀ ਗੱਲ ਇਹ ਹੈ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰਦਾ ਰਾਜਾ ਵੜਿੰਗ ਕੋਈ ਮੁਕਾਬਲਾ ਸੀ ਕਿਸੇ ਨਾਲ ਕਿ ਕੋਈ ਤਿਆਰੀ ਨਹੀਂ ਰੱਬ ਸੱਚੇ ਪਾਤਸ਼ਾਹ ਨੀਤਾਂ ਨੂੰ ਮਰਾਦਾ ਧੋਖੇਬਾਜ ਮਰਦੇ ਤੁਰੇ ਜਾਂਦੇ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਧੋਖਾ ਹੈ ਜਿਹੜੇ ਲੋਕਾਂ ਨੂੰ ਵਿਖਾਉਂਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਜਿਹੜੇ ਇਮਾਨਦਾਰੀ ਦਾ ਚਿੱਟਾ ਨਕਾਬ ਪਹਿਨ ਕੇ ਜਿਨ੍ਹਾਂ ਨੇ ਲੁੱਟ ਲਿਆ ਪੰਜਾਬ ਖਾ ਲਿਆ ਬਠਿੰਡਾ ਸੋ ਮੇਰੇ ਕਹਿਣ ਦਾ ਮਤਲਬ ਹੈ ਇਹ ਰੱਬ ਆਪੇ ਲੋਕ ਕਹਿੰਦੇ ਸੀ ਯਾਤਰਾ ਨਹੀਂ ਹੋਣੀ ਲੋਕ ਕਹਿਣਗੇ ਕੱਲ੍ਹ ਦਾ ਮੁੰਡਾ ਆ ਯਾਤਰਾ ਦੇਖ ਲਓ ਵਿਆਹ ਵਰਗਾ ਕੰਮ ਸੀ ਰਾਹੁਲ ਗਾਂਧੀ ਆਇਆ ਲੋਕਾਂ ਨੇ ਮੈਨੂੰ ਨਹੀਂ ਲੱਗਦਾ ਕਦੇ ਬਠਿੰਡੇ ਤੋਂ ਅੱਜ ਤੋਂ ਪਹਿਲਾਂ ਜਾਂਦੇ ਹੋਣਗੇ ਆ 5 ਸਾਲਾਂ 'ਚ ਤਾਂ ਗਏ ਨਹੀਂ 5 ਸਾਲ ਤੋਂ ਪਹਿਲਾਂ ਲੋਕ ਕਾਂਗਰਸ ਹੀ ਜਾਂਦੇ ਹੋਣਗੇ ਇੰਨੇ ਲੋਕ ਆਪਦੇ ਲੀਡਰ ਦਾ ਦਰਸ਼ਨ ਦੀਦਾਰ ਕਰਨ ਅਤੇ ਸਵਾਗਤ ਕਰਨ ਵਾਸਤੇ ਪਹੁੰਚੇ ਮੈਂ ਤਾਂ ਵੇਖ ਕੇ ਹੈਰਾਨ ਹਾਂ ਜੋ ਪੰਜਾਬੀਆਂ ਨੇ ਸਵਾਗਤ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਰੱਬ ਦਿਨੋ ਦਿਨ ਆਪਣੇ ਆਪ ਰਸਤੇ ਬਣਾਉਂਦਾ ਰਹਿੰਦਾ ਨੀਤਾਂ ਨਾਲ ਮੁਰਾਦਾ ਜਿਹਦੀ ਨੀਅਤ ਸਾਫ਼ ਹੈ ਉਹਨੂੰ ਰੱਬ ਆਪੇ ਰਸਤੇ ਖੋਲ੍ਹਦਾ ਰਹਿੰਦਾ